This is a Prague. Good morning guys, welcome to Punjabi Girl in Germany. Main Rosie Part. ਅੱਜ ਪ੍ਰਾਗ ਚ ਸਾਡਾ ਸੈਕਿੰਡ ਡੇ ਆ ਤੇ ਅਸੀਂ ਪੂਰੇ ਤਿਆਰ ਸ਼ਿਆਰ ਹੋ ਕੇ ਬ੍ਰੈਕਫਾਸਟ ਨਾਲ ਪੇਟ ਭਰ ਕੇ ਹੁਣ ਅਸੀਂ ਜਾ ਰਹੇ ਹਾਂ ਸਿਟੀ ਵਾਲੀ ਸਾਈਡ ਤੇ ਮੇਰੀ ਸਿਸਟਰ ਦੇਖ ਰਹੀ ਹੈ ਕਿ ਹੁਣ ਅਸੀਂ ਸਭ ਤੋਂ ਪਹਿਲਾਂ ਕਿੱਥੇ ਜਾਣਾ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਲੈਟਸ ਗੋ ਫੀਲਿੰਗ ਵੇ ਕਿੱਦਾਂ ਚੱਕੀ ਹੈ ਜਿੱਦਾਂ ਕੋਈ ਸੈਲੀਬ੍ਰਿਟੀ ਹੋਵੇ ਟ੍ਰਾਮ ਦੀ ਟਿਕਟ ਲੈਣ ਲਈ ਸਾਨੂੰ ਕੋਇਨਸ ਚਾਹੀਦੇ ਸੀ ਕਿਉਂਕਿ ਇਹ ਮਸ਼ੀਨ ਪੇਪਰ ਐਕਸੈਪਟ ਨਹੀਂ ਕਰਦੀ ਤੇ ਫਿਰ ਆਪਾਂ ਬੀਇੰਗ ਦੇਸੀ ਬਿਨਾਂ ਟਿਕਟ ਟ੍ਰੇਨ 'ਚ ਚੜ੍ਹ ਗਏ ਕਿਉਂਕਿ ਚਿੱਲਰ ਨਹੀਂ ਹੈ ਮੇਰੇ ਪਾਸ ਬਿਨਾਂ ਪੈਸੇ ਖਰਚੇ ਟ੍ਰਾਮ 'ਚੋਂ ਆ ਵਿਊ ਇੰਜੋਏ ਕਰਨ ਦਾ ਮਜ਼ਾ ਹੀ ਵੱਖਰਾ ਸੀ ਆ ਜਾਓ ਫਿਰ ਤੁਸੀਂ ਵੀ ਕਰ ਲਓ ਪ੍ਰਾਗ ਦੇ ਦਰਸ਼ਨ This is a Prague. ਇਹ ਹੈ ਦੁਨੀਆ ਦਾ ਤੀਸਰਾ ਸਭ ਤੋਂ ਪੁਰਾਣਾ ਐਸਟ੍ਰੋਨੋਮਿਕਲ ਕਲੌਕ ਤੇ ਫਸਟ ਵਨ ਵਿਚ ਇਜ਼ ਸਟਿਲ ਵਰਕਿੰਗ ਟਰਸਟ ਮੀ ਗਾਈਜ਼ ਪ੍ਰਾਗ ਘੁੰਮਣ ਦਾ ਮਜ਼ਾ ਸਿਰਫ ਇੱਥੋਂ ਦੇ ਮੋਨੂਮੈਂਟ ਵਿਜ਼ਿਟ ਕਰਨ 'ਚ ਨਹੀਂ ਇੱਥੋਂ ਦੀਆਂ ਗਲੀਆਂ ਘੁੰਮਣ 'ਚ ਇੱਥੋਂ ਦਾ ਆਰਕੀਟੈਕਚਰ ਇੰਜੋਏ ਕਰਨ 'ਚ ਇੱਥੋਂ ਦੀ ਵਾਈਬ ਇੰਜੋਏ ਕਰਨ 'ਚ ਅਗਰ ਤੁਸੀਂ ਇੱਕ ਵਾਰ ਪ੍ਰਾਗ ਵਿਜ਼ਿਟ ਕਰੋਗੇ ਯੂ ਵਿਲ ਨੈਵਰ ਡਿਸਅਪੁਆਇੰਟ ਮੈਂ ਜਿੱਥੇ ਵੀ ਵਿਜ਼ਿਟ ਕਰਦੀ ਹਾਂ ਮੈਂ ਉੱਥੇ ਇੱਕ ਕੀ ਚੇਨ ਲੈ ਕੇ ਆਉਂਦੀ ਹਾਂ ਆਪਣੇ ਵਾਸਤੇ ਹੁਣ ਇਹ ਆ ਗਈ ਮੁਸ਼ਕਿਲ ਘੜੀ ਮੇਰੇ ਕੋਲ ਕੀ ਚੇਨ ਚੂਜ਼ ਨਹੀਂ ਕੀਤਾ ਜਾ ਰਿਹਾ ਖਰਚਣੇ ਮੈਂ 5 ਯੂਰੋ ਨੇ ਤੇ ਮੈਂ ਸੋਚ ਇੱਦਾਂ ਰਹੀ ਜਿੱਦਾਂ 5 ਲੱਖ ਖਰਚਣਾ ਹੋਵੇ ਫਾਈਨਲੀ ਇੱਕ ਚੂਜ਼ ਕੀਤਾ ਤੇ ਫਿਰ ਵਾਰੀ ਆਈ ਗਲੂ ਵਾਈਨ ਪੀਣ ਦੀ ਤੇ ਮੇਰੀ ਭੈਣ ਆਪਣਾ ਗਲਾਸ ਲੈ ਗਈ ਉਹ ਤੁਰਦੀ ਬਣੀ ਕਿ ਪੈਸੇ ਨਾ ਖਰਚਣੇ ਪੈਣ ਤੇ ਫਿਰ ਆਹ ਚੇਅਰਸ ਵਾਲੇ ਡਰਾਮੇ ਕੀਤੇ ਤੇ ਨਿਕਲ ਗਏ ਸਿਟੀ ਘੁੰਮਣ ਮੇਰੇ ਤਾਂ ਫਰੈਂਡਸ ਕਹਿੰਦੇ ਤੁਸੀਂ ਤਾਂ ਘੁੰਮਦੇ ਹੀ ਬੜਾ ਜੇ ਆਪਣੇ ਫਰੈਂਡਸ ਨੂੰ ਕਹਿ ਸਾਡੀ ਅਗਲੀ ਡੈਸਟੀਨੇਸ਼ਨ ਆ ਮਿਊਜ਼ੀਅਮ ਅੰਦਰ ਅਸੀਂ ਗਏ ਨਹੀਂ ਕਿਉਂਕਿ ਆਲਰੇਡੀ ਲਾਸਟ ਟਾਈਮ ਵਿਜ਼ਿਟ ਕੀਤਾ ਹੋਇਆ 12-15-16 ਫੋਟੋਆਂ ਖਿਚਾ ਕੇ ਅਸੀਂ ਤੁਰ ਪਏ ਤੇ ਰਾਹ 'ਚ ਦਿਖਿਆ ਸਾਨੂੰ ਹਰ ਰੈਸਟੋਰੈਂਟ ਜਿਹੜੇ ਕਿ ਆਫਰ ਦੇ ਰਹੇ ਨੇ ਕਿ ਤੁਸੀਂ ਸ਼ੋਪਿੰਗ ਕਰਨ ਜਾਣਾ ਰਿਲੈਕਸ ਕਰਨਾ ਤੇ ਘਰ ਵਾਲਾ ਆਪਣਾ ਸਾਡੇ ਕੋਲ ਛੱਡ ਜਾਓ ਆ ਕੇ ਉਹਦਾ ਡਰਿੰਕਸ ਦਾ ਪੇ ਕਰ ਦਿਓ ਖਾਣਾ ਹੀ ਫ੍ਰੀ 'ਚ ਦੇ ਦਾਂਗੇ ਖਾਣੇ ਦਾ ਨਾਮ ਸੁਣ ਕੇ ਸਾਡਾ ਪੇਟ ਵੀ ਕੁਛ ਖਾਣ ਨੂੰ ਮੰਗਣ ਲੱਗ ਗਿਆ ਅਸੀਂ ਟਰਾਈ ਕੀਤੇ ਪ੍ਰਾਗ ਦੇ ਫੇਮਸ ਚਿਮਨੀ ਕੇਕਸ ਵਾਕ ਕਰਦੇ ਹੋਏ ਅਸੀਂ ਪਹੁੰਚ ਗਏ ਚਾਰਲਸ ਬ੍ਰਿਜ ਮੋਸਟ ਹੈਪਨਿੰਗ ਪਲੇਸ ਆਫ ਪ੍ਰਾਗ ਇੱਥੇ ਤੁਹਾਨੂੰ ਸਭ ਮਿਲੇਗਾ ਪੀਪਲ ਪਲੇਇੰਗ ਮਿਊਜ਼ਿਕ ਸੈਲਿੰਗ ਕੈਨਵਸ ਐਂਡ ਐਵਰੀਥਿੰਗ ਆ ਜਾਓ ਫਿਰ ਤੁਸੀਂ ਵੀ ਲੈ ਲਓ ਨਜ਼ਾਰੇ ਚਾਰਲਸ ਬ੍ਰਿਜ ਦੇ ਇੰਨੀਆਂ ਸਾਰੀਆਂ ਪੌੜੀਆਂ ਚੜ੍ਹ ਕੇ ਹੁਣ ਅਸੀਂ ਪਹੁੰਚ ਗਏ ਆਪਣੀ ਲਾਸਟ ਡੈਸਟੀਨੇਸ਼ਨ 'ਤੇ ਸਿਟੀ ਦਾ ਵਿਊ ਵੇਖਣ ਅਤੇ ਪ੍ਰਾਗ ਕੈਸਲ ਦੇਖਣ ਇਹ ਹੈ ਪ੍ਰਾਗ ਕੈਸਲ ਸ਼ਾਮ ਨੂੰ ਇਹ ਜਗ੍ਹਾ ਬਿਲਕੁਲ ਖਾਲੀ ਹੈ ਐਂਡ ਤੁਸੀਂ ਇੱਥੇ ਰੱਜ ਕੇ ਫੋਟੋਜ਼ ਕਲਿੱਕ ਕਰ ਸਕਦੇ ਹੋ ਐਂਡ ਸਿਟੀ ਦਾ ਵਿਊ ਇੰਜੋਏ ਕਰ ਸਕਦੇ ਹੋ ਜਿੰਨਾ ਮਰਜ਼ੀ ਵਿਊ ਇੰਜੋਏ ਕਰ ਲਓ ਪਰ ਪੇਟ ਵਿਊ ਨਾਲ ਨਹੀਂ ਭਰਦਾ ਸੋ ਅਸੀਂ ਪਹੁੰਚ ਕੇ ਇਟਾਲੀਅਨ ਰੈਸਟੋਰੈਂਟ ਪਾਸਤਾ ਸ਼ਾਸਤਾ ਖਾਣ ਖਾਣਾ ਟੇਬਲ 'ਤੇ ਆਉਂਦੇ ਹੀ ਅਸੀਂ ਟੁੱਟ ਕੇ ਪੈ ਗਏ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਸੀ ਅਤੇ ਸੋਚਿਆ ਕਿ ਪਹਿਲਾਂ ਖਾਣਾ ਖਾ ਲੈਂਦੇ ਹਾਂ ਅਤੇ ਫਿਰ ਬਣਾਉਂਦੀ ਹਾਂ ਰੈਸਟੋਰੈਂਟ ਦੀ ਵੀਡੀਓ ਰੈਸਟੋਰੈਂਟ ਕਾਫੀ ਵਧੀਆ ਡੈਕੋਰੇਟ ਕੀਤਾ ਹੋਇਆ ਬਟ ਉੱਠ ਕੇ ਰਿਕਾਰਡ ਕਰਨ ਦੀ ਮੇਰੀ ਹਿੰਮਤ ਨਹੀਂ ਹੈਗੀ ਸੋ ਇੱਦਾਂ ਹੀ ਦੇਖ ਲਓ ਕੌਫੀ ਤਾਂ ਇੱਕ ਇੱਦਾਂ ਦੀ ਚੀਜ਼ ਆ ਕਿ ਮੁਰਦੇ 'ਚ ਵੀ ਜਾਨ ਪਾ ਦੇ ਅਤੇ ਮੇਰਾ ਹਾਲ ਵੀ ਮੁਰਦੇ ਵਾਲਾ ਹੀ ਹੋ ਰੱਖਿਆ ਇਟਾਲੀਅਨ ਰੈਸਟੋਰੈਂਟ 'ਚ ਬੈਠ ਕੇ ਰਾਤ ਨੂੰ ਕੈਪੇਚੀਨੋ ਆਰਡਰ
ਕਰਨਾ ਵੀ ਹਿੰਮਤ ਦੀ ਗੱਲ ਹੈ। ਵੈਸੇ ਘੁੰਮ ਫਿਰ ਕੇ ਅਸੀਂ ਫਿਰ ਤੋਂ ਚਾਰਲਸ ਬ੍ਰਿਜ ਪਹੁੰਚ ਗਏ ਤੇ ਰਾਤ ਦਾ ਵਿਊ ਵੀ ਘੈਂਟ ਆ। ਵੈਸੇ ਚਿਮਨੀ ਕੇਕ ਦੁਬਾਰਾ ਦੇਖ ਗਏ ਤੇ ਖਾਣੇ ਪੈਣੇ ਨੇ। ਹੁਣ ਘੁੰਮ ਫਿਰ ਕੇ ਅਸੀਂ ਹੋਟਲ ਵਾਪਸ ਜਾ ਰਹੇ ਹਾਂ, ਪਰ ਤੁਸੀਂ ਵੀਡੀਓ ਲਾਈਕ ਕੀਤੀ ਤੇ ਚੈਨਲ ਸਬਸਕ੍ਰਾਈਬ ਕੀਤੇ ਬਿਨਾਂ ਨਹੀਂ ਜਾਣਾ।